आप पूछो बस। गड्डी स्मैच करके गा की कम करना था? मेरा कोई पर्पस नहीं सी है। दीप होना ने मैनू सर दीप होना ने कहा सी की कम करना ये उन्होंने पता जी मैंने तो उन्होंने कहा सी करना सी सर वेखो उन्होंने मैंने भरपी तौर पर कहा सी भी मेरे नाल गड्डी करा दे बस वो दीप नु पता भी उन्होंने की करना जी सर निशान सी एक मुंडे का नाम हाँ जी तो मैं तो निशान नु जानदा बाकी उहदे फ्रेंड सी ममदोत ਸਾਡਾ ਬਹੁਤ ਏਰੀਆ ਜੀ ਖੋਈ ਖੜਾ ਰੁਕਣ ਅੰਮ੍ਰਿਤਪਾਲ ਗੋਲੀਆਂ ਲੱਗੀਆਂ ਤੁਹਾਡੇ ਅੱਜ ਕੀ ਕੁਛ ਹੋਇਆ ਜੀ ਮੇਰੇ ਹਾਂਜੀ ਤੇਰੇ ਸਿਰ 'ਤੇ ਲੱਗੀ ਦੂਜਿਆਂ ਦੇ ਕਿੱਥੇ ਲੱਗੀ ਆ ਦੂਜਿਆਂ ਦੇ ਮੈਨੂੰ ਨਹੀਂ ਪਤਾ ਦੂਜਿਆਂ ਦਾ ਨਹੀਂ ਤੇਰੇ ਨਾਲ ਵੱਜੀਆਂ ਮੈਂ ਨਹੀਂ ਧਿਆਨ ਦਿੱਤਾ ਤੁਹਾਨੂੰ ਪਤਾ ਜਦੋਂ ਗੋਲੀ ਵੱਜੇ ਹੁਣ ਮੇਰੀ ਇਹ ਰਿਕੁਐਸਟ ਹੈ ਮੇਰੇ ਸਿਰ ਦਾ ਥੋੜ੍ਹਾ ਚੈੱਕਅਪ ਕਰਾ ਲਓ ਸ਼ਾਇਦ ਮੇਰੇ ਜ਼ਹਿਰ ਨਾ ਖਾ ਗਿਆ ਡਾਕਟਰ ਸਾਹਿਬ ਆ ਗਿਆ ਲੜਾਈ ਹੋਈ ਸੀ ਲੜਾਈ ਦੇ ਵਿੱਚ ਸਿਰਫ ਸੋਟਾ ਵੱਜਾ ਸੀ ਸੋਟੇ ਨਾਲ ਬੰਦਾ ਮਰ ਗਿਆ ਤੇ ਦੀਪ ਤੇ ਤੇਰੇ ਜਿਹੜਾ ਸਾਲਾ ਲੱਗਦਾ ਦੀਪ ਇਹ ਤਾਂ ਕੋਈ ਮਤਲਬ ਥੋੜ੍ਹਾ ਚਿਰ ਪਹਿਲਾਂ ਐਵੇਂ ਲੁੱਟ ਖੋਹ ਦੇ ਵਿੱਚ ਰੌਲਾ ਰੌਲਾ ਪਿਆ ਅਤੇ ਘਰੋਂ ਭੱਜ ਭੁੱਜ ਗਿਆ ਮੁੰਡੇ ਨਾਲ ਰਲ ਕੇ ਅੱਛਾ ਹੋਰ ਇਹਦਾ ਕੋਈ ਹੈ ਨਹੀਂ ਗਾ ਬੈਕਗਰਾਊਂਡ ਉਹ ਮੁੰਡੇ ਜੀ ਫਰਾਰ ਨੇ ਵੀ ਰਲ ਕੇ ਇੱਕ ਇੱਥੋਂ ਗੱਡੀ ਸਨੈਚ ਕੀਤੀ ਸੀ ਫੋਰਚੂਨਰ ਅਤੇ ਬਸ ਅਤੇ ਸਾਡੇ 'ਤੇ ਫਾਇਰਿੰਗ ਹੋ ਗਈ ਇੱਥੇ ਇਸ ਪਿੰਡ ਸਰ ਪੁਲਿਸ ਅਸੀਂ ਤਿੰਨ ਜਾਣੇ ਕਾਫੀ ਪੰਜ ਮੈਂਬਰਾਂ ਦਾ ਇੱਕ ਗੈਂਗ ਸੀ ਇਹ ਸਕੋਰਪੀਓ ਗੱਡੀ 'ਤੇ ਇੱਕ ਫਰਸ ਨੂੰ ਚੇਸ ਕਰ ਰਹੇ ਸੀ ਟੋਲ ਪਲਾਜ਼ਾ ਦੇ ਕੋਲ ਇਹਨਾਂ ਨੇ ਪੁੱਛੋ ਖੁਰਦ ਦੇ ਕੋਲ ਗੱਡੀ ਨੂੰ ਰੋਕ ਕੇ ਗਨ ਪੁਆਇੰਟ 'ਤੇ ਫਾਰਚੂਨਰ ਖੋ ਕੇ ਅਤੇ ਇੱਧਰ ਸਾਈਡ ਨੂੰ ਗੁਲਾਬਗੜ੍ਹ ਸਾਈਡ ਨੂੰ ਜੱਸੀ ਸਾਈਡ ਨੂੰ ਆ ਰਹੇ ਸੀ ਸਾਡੀ ਪੁਲਿਸ ਪਾਰਟੀ ਨੂੰ ਵਾਇਰਲੈਸ ਇਨਫੋਰਮੇਸ਼ਨ ਮਿਲ ਗਈ ਉਹਦੇ ਨਾਲ ਹੌਟ ਚੇਸ ਹੋ ਗਈ ਗੁਲਾਬਗੜ੍ਹ ਦੇ ਪਿੰਡ 'ਤੇ ਵਾਰ ਵਾਰ ਇਹਨਾਂ ਨੇ ਪੁਲਿਸ ਪਾਰਟੀ ਦੇ ਮਾਰਦਿਆਂ ਦੀ ਰੀਤ ਨਾਲ ਫਾਇਰਿੰਗ ਕੀਤੀ ਪੁਲਿਸ ਨੇ ਜੋ ਵੀ ਫਾਇਰ ਕੀਤੇ ਹੈ ਉਹਦੇ 'ਚ ਦੋ ਤਿੰਨ ਬੰਦੇ ਜ਼ਖਮੀ ਹੋਏ ਆ ਦੋ ਬੰਦੇ ਪਕੜੇ ਗਏ ਇਹਨਾਂ ਕੋਲੋਂ ਇੱਕ ਫਾਰਚੂਨਰ ਗੱਡੀ 'ਚ ਗਨ ਪੁਆਇੰਟ 'ਤੇ ਸਨੈਚ ਕੀਤੀ ਸੀ ਉਹ ਰਿਕਵਰ ਹੋ ਗਈ ਹੈ ਇੱਕ ਸਕਾਰਪੀਓ ਗੱਡੀ ਜਿਹਦੇ 'ਚ ਆਏ ਸੀ ਉਹ ਰਿਕਵਰ ਹੋ ਗਈ ਹੈ ਇਹਨਾਂ ਕੋਲੋਂ ਤਿੰਨ ਵੈਪਨਸ ਇੱਕ 9mm ਦਾ ਪਿਸਟਲ ਇੱਕ 32 ਬੋਰ ਦਾ ਪਿਸਟਲ ਇੱਕ 357 ਬੋਰ ਦਾ ਪਿਸਟਲ ਰਿਕਵਰ ਹੋ ਗਿਆ ਤੁਸੀਂ 307 ਦਾ ਕੇਸ ਰਜਿਸਟਰ ਕਰਕੇ ਤਫਤੀਸ਼ ਜਾਰੀ ਕਰਤੀ ਹੈ ਬਾਕੀ ਡਿਟੇਲ ਤਫਤੀਸ਼ ਚੱਲ ਰਹੀ ਹੈ ਬਾਅਦ 'ਚ ਸਾਡੇ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਯੂਟਿਊਬ ਚੈਨਲ ਦੇਸ਼ ਵਿਦੇਸ਼ ਟੀਵੀ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕੀਤਾ ਜਾਵੇ ਦੀਦੀ ਤੁਸੀਂ ਤਾਂ ਕਿਹਾ ਸੀ ਅੱਜ ਮੇਰੀ ਕੋਈ ਸ਼ੂਟਿੰਗ ਨਹੀਂ ਪਰ ਸਵੇਰੇ ਸਵੇਰੇ ਫੇਰ ਤਿਆਰੀ ਕਸੀ ਬੈਠੇ ਹੋ ਮੈਂ ਤਾਂ ਤੈਨੂੰ ਦੱਸਣਾ ਹੀ ਭੁੱਲ ਗਈ ਅੱਜ ਤਾਂ ਪੰਜਾਬੀ ਸਕਰੀਨ ਵਾਲਿਆਂ ਨੇ ਘਰੇ ਆਉਣਾ ਹੈ ਮੇਰੀ ਇੰਟਰਵਿਊ ਲਈ ਵਾਹ ਕੀ ਬਾਤ ਹੈ ਤੇ ਉਹ ਟਾਈਟਲ ਪੇਜ ਤੇ ਮੇਰੀ ਫੋਟੋ ਵੀ ਲਾ ਰਿਹਾ ਹੈ ਬਾਲੀਵੁੱਡ ਦਾ ਨੰਬਰ 1 ਫਿਲਮ ਮੇਰੇ ਸਾਲਾ ਪੰਜਾਬੀ ਸਕਰੀਨ